ਸਤ ਖਬਰਾਂ ਦੇ ਇਸ ਬਲੇਟਨ 'ਚ ਤੁਹਾਡਾ ਸਵਾਗਤ ਹੈ ਮੈਂ ਹਾਂ ਸਵਰਨਜੀਤ ਸਿੰਘ ਪਹਿਲਾਂ ਪੇਸ਼ ਨੇ ਚੋਣੀਆਂ ਖਬਰਾਂ ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਹੈ ਕਿ ਲਾਕਡਾਊਨ ਨੇ ਮਹਾਮਾਰੀ ਦੇ ਫਲਾਦੀ ਰਫਤਾਰ ਨੂੰ ਕਾਫੀ ਘਟਕੀ ਤਈ ਲਾਕਡਾਊਨ ਨੇ ਬਹੁਤ ਸਾਰੀਆਂ ਜਾਨਾਂ ਬਚਾਈਆਂ ਤੇ ਪੋਜ਼ਿਟਿਵ ਕੇਸਾਂ ਦੀ ਗਿਣਤੀ ਨੂੰ ਵਧਣ ਤੋਂ ਰੋਕਿਆ ਕੇਂਦਰ ਸਰਕਾਰ ਨੇ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਕੋਵਿਡ-19 ਦੇ ਸੀਮਿਟਡ ਜ਼ੋਨਾਂ ਵਿੱਚ ਮਾਤਰੂ ਅਤੇ ਬਾਲ ਸਿਹਤ ਸੰਭਾਲ ਨੂੰ ਯਕੀਨੀ ਬਣਾਉਣ ਲਈ ਜ਼ਰੂਰੀ ਦਵਾਈਆਂ ਦੀ ਹੋਮ ਡਿਲੀਵਰੀ ਕਰਨ ਦਾ ਸੁਝਾਅ ਦਿੱਤਾ। ਪੰਜਾਬ ਮੰਤਰੀ ਮੰਡਲ ਨੇ ਸਰਕਾਰੀ ਅਤੇ ਪ੍ਰਾਈਵੇਟ ਮੈਡੀਕਲ ਕਾਲਜਾਂ ਵਿੱਚ ਐਮਬੀਬੀਐਸ ਕੋਰਸਾਂ ਦੀਆਂ ਫੀਸਾਂ ਵਧਾਉਣ ਦਾ ਕੀਤਾ ਫੈਸਲਾ। ਪੰਜਾਬ ਸਰਕਾਰ ਸੂਬੇ ਵਿੱਚ ਕਣਕ ਦੀ ਖਰੀਦ ਕੇਂਦਰ ਸਰਕਾਰ ਦੇ ਹੁਕਮ ਅਨੁਸਾਰ 31 ਮਈ ਤੱਕ ਕਰੇਗੀ। ਦੇਸ਼ ਵਿੱਚ ਕੋਰੋਨਾ ਵਾਇਰਸ ਦੀ ਪੁਸ਼ਟੀ ਵਾਲੇ ਮਰੀਜ਼ਾਂ ਦੀ ਗਿਣਤੀ 1,51,000 ਤੋਂ ਪਾਰ। ਕੋਰੋਨਾ ਮਹਾਮਾਰੀ ਤੋਂ ਸਿਹਤਯਾਬ ਹੁੰਦੀ ਦਰ 42.45% ਹੋਈ। ਕੋਰੋਨਾ ਵਾਇਰਸ ਕਾਰਨ ਭਾਰਤ ਵਿੱਚ ਫਸੇ 175 ਪਾਕਿਸਤਾਨੀ ਨਾਗਰਿਕਾਂ ਨੂੰ ਅਟਾਰੀ ਵਾਗਾ ਸਦਰਾਹੀਂ ਵਤਨ ਵਾਪਸ ਪਿੱਛੇ ਗਿਆ। Hon, Kabran, Visstarnel ਸਿਹਤ ਮੰਤਰਾਲੇ ਨੇ ਕਿਹਾ ਕਿ ਦੇਸ਼ ਵਿੱਚ ਲਾਕਡਾਊਨ ਲਾਗੂ ਕਰਨ ਦੇ ਕਈ ਫਾਇਦੇ ਹੋਏ ਨੇ ਤੇ ਸਭ ਤੋਂ ਵੱਡਾ ਫਾਇਦਾ ਇਹ ਹੋਇਆ ਹੈ ਕਿ ਲਾਕਡਾਊਨ ਨੇ ਮਹਾਂਮਾਰੀ ਦੇ ਫੈਲਾਅ ਦੇ ਰੁਕਣ ਦੀ ਦਰ ਦੀ ਰਫ਼ਤਾਰ ਨੂੰ ਕਾਫੀ ਘਟ ਕਰ ਦਿੱਤਾ ਸੀ ਅੰਕੜੇ ਅਤੇ ਪ੍ਰੋਗਰਾਮ ਲਾਗੂ ਕਰਨ ਬਾਰੇ ਮੰਤਰਾਲੇ ਨੇ ਦੱਸਿਆ ਕਿ ਇਸ ਲਾਕਡਾਊਨ ਕਾਰਨ ਦੇਸ਼ ਵਿੱਚ ਬਹੁਤ ਸਾਰੀਆਂ ਜਾਨਾਂ ਬਚਾਈਆਂ ਗਈਆਂ ਨੇ ਅਤੇ ਪੋਜ਼ਿਟਿਵ ਕੇਸਾਂ ਦੀ ਗਿਣਤੀ ਨੂੰ ਵੀ ਵਧਣ ਤੋਂ ਰੋਕਿਆ ਗਿਆ ਹੈ ਇਸ ਦੌਰਾਨ ਲਾਕਡਾਊਨ ਲਗਾਉਣ ਕਾਰਨ ਕੋਵਿਡ-19 ਲਈ ਦੇਸ਼ ਤੇ ਨਾਗਰਿਕਾਂ ਲਈ ਵਧੇਰੇ ਚੰਗੇ ਸਿਹਤ ਪ੍ਰਬੰਧ ਕਰ ਲਈ ਸਮਾਂ ਮਿਲ ਗਿਆ ਤੇ ਸਰਕਾਰ ਨੇ ਸਿਹਤ ਦੇ ਬੁਨਿਆਦੀ ਢਾਂਚੇ ਟੈਸਟ ਕਰਨ ਦੀ ਸਮ ਰੋਗਿਆ ਸੇਤੂ ਐਫ ਵਰਗੀਆਂ ਹੋਰ ਕਈ ਟੈਕਨੀਕਲ ਸੁਰੱਖਿਆ ਸਹੂਲਤਾਂ ਸ਼ੁਰੂ ਕੀਤੀਆਂ ਨੇ ਮੰਤਰਾਲੇ ਨੇ ਕਿਹਾ ਕਿ ਸਰਕਾਰ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਮਿਲ ਕੇ ਕੋਵਿਡ-19 ਦੀ ਰੋਕਥਾਮ ਕਾਬੂ ਕਰਨ ਅਤੇ ਪ੍ਰਬੰਧ ਕਰ ਲਈ ਕਈ ਕਦਮ ਚੁੱਕ ਰਹੀ ਹੈ ਸਿਹਤ ਮੰਤਰਾਲੇ ਨੇ ਦੱਸਿਆ ਕਿ ਸਮੇਂ ਦੌਰਾਨ ਕੋਵਿਡ-19 ਨੂੰ ਸਮਰਪਿਤ 900 ਹਸਪਤਾਲ 1,58,000 ਇਕਾਂਤਵਾਸ ਬਿਸਤਰੇ 20,000 ਆਈਸੀਯੂ ਬੈੱਡ ਅਤੇ 70,000 ਆਕਸੀਜਨ ਯੋਗ ਬੈੱਡ ਉਪਲਬਧ ਕਰਵਾਏ ਗਏ ਨੇ ਕੇਂਦਰ ਨੇ 1 ਕਰੋੜ 13 ਲੱਖ 95 ਮਾਸਕ ਅਤੇ 90 ਲੱਖ ਪੀਪੀ ਕਿੱਟਾਂ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਮੁਹੱਈਆ ਕਰਵਾਈਆਂ ਨੇ ਸਿਹਤ ਮੰਤਰਾਲੇ ਨੇ ਕਿਹਾ ਕਿ ਦੇਸ਼ ਵਿੱਚ ਕੋਵਿਡ-19 ਕਾਰਨ ਮੌਤ ਦਰ 2.86% ਇਹ ਜਦ ਤੱਕ ਦੀ ਵਿਸ਼ੇਸ਼ ਪੱਧਰ ਤੇ ਇਹ ਦਰ 6.36 ਹੈ ਕੇਂਦਰ ਸਰਕਾਰ ਨੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਸੁਝਾਅ ਦਿੱਤਾ ਹੈ ਕਿ ਕੋਵਿਡ-19 ਦੇ ਸੀਮਤ ਜ਼ੋਨਾਂ ਵਿੱਚ ਮਾਤਰੂ ਅਤੇ ਬਾਲ ਸੇ ਸਭਾਲ ਨੂੰ ਯਕੀਨੀ ਬਣਾਉਣ ਲਈ ਕੈਲਸ਼ੀਅਮ, ਆਇਰਨ, ਫੋਲਿਕ ਐਸਿਡ ਤੇ ਜ਼ਿੰਕ ਦੀਆਂ ਗੋਲੀਆਂ ਵਰਗੀਆਂ ਜ਼ਰੂਰੀ ਦਵਾਈਆਂ ਦੀ ਹੋਮ ਡਿਲੀਵਰੀ ਦਾ ਪ੍ਰਬੰਧ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਕੰਟੇਨਮੈਂਟ ਜ਼ੋਨਾਂ ਵਿੱਚ ਗਰਭ ਨਿਰੋਧਕ ਦਵਾਈਆਂ ਪਹੁੰਚਾਉਣ ਨੂੰ ਵੀ ਯਕੀਨੀ ਬਣਾਇਆ ਜਾਵੇ ਤਾਂ ਜੋ ਇਹਨਾਂ ਵਰਗਾਂ ਦੀ ਸਿਹਤ ਤੇ ਕਰੋਨਾ ਵਾਇਰਸ ਕਾਰਨ ਲੱਗੇ ਲਾਕਡਾਊਨ ਦਾ ਅਸਰ ਨਾ ਪਵੇ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਇਸ ਸੰਬੰਧੀ ਦੇਸ਼ਾਂ ਨਿਰਦੇਸ਼ ਜਾਰੀ ਕੀਤੇ ਗਏ। ਜਿਨ੍ਹਾਂ ਵਿੱਚ ਕਿਹਾ ਗਿਆ ਹੈ ਕਿ ਜਨੇਪੇ ਮਾਤਰੂ ਨਵਜੰਮੇ ਬੱਚੇ ਬਾਲਕ ਤੇ ਕਿਸ਼ੋਰਾਂ ਲਈ ਸਿਹਤ ਪਲੱਸ ਪੋਸ਼ਣ ਸੇਵਾਵਾਂ 'ਤੇ ਕੋਵਿਡ-19 ਦੀ ਸਥਿਤੀ ਦੇ ਆਧਾਰ 'ਤੇ ਰੋਕਿਆ ਨਾ ਜਾਣ ਮੰਤralਾ ਨੇ ਜ਼ੋਰ ਦੇ ਕੇ ਕਿਹਾ ਕਿ ਕਿਸੇ ਵੀ ਸੁਰਤ ਵਿੱਚ ਜ਼ਰੂਰੀ ਸੇਵਾਵਾਂ ਤੋਂ ਲੋਕਾਂ ਨੂੰ ਵਾਂਝੇ ਨਾ ਰੱਖਿਆ ਜਾਵੇ ਪੰਜਾਬ ਸਰਕਾਰ ਨੇ ਸੂਬੇ ਦੇ ਆਮਦਨ ਵਿੱਚ 30% ਕਟਾਏ ਦਾ ਖਿਆਲ ਕਰਦਿਆਂ ਕੋਲ ਘੈਲੂ ਪੈਦਾਵਾਰ ਤੇ 1.5% ਹੋਰ ਕਰਜ਼ਾ ਹਾਸਲ ਕਰਨ ਲਈ ਕਈ ਸੁਧਾਰਾਂ ਨੂੰ ਮਨਜ਼ੂਰੀ ਦਿੱਤੀ ਹੈ ਇਹ ਫੈਸਲਾ ਕੱਲ ਚੰਡੀਗੜ੍ਹ ਵਿੱਚ ਹੋਈ ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਕੀਤਾ ਗਿਆ ਜਿਸ ਦੀ ਪ੍ਰਧਾਨਗੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੀਤੀ ਸੂਬੇ ਨੂੰ ਵਿੱਤੀ ਸੰਕਟ ਤੋਂ ਬਾਹਰ ਕੱਢਣ ਲਈ ਕੇਂਦਰ ਪਾਸੋਂ 51102 ਕਰੋੜ ਦੀ ਵਿੱਤੀ ਸਹਾਇਤਾ ਦੀ ਮੰਗ ਕਰਨ ਲਈ ਪ੍ਰਸਤਾਵ ਪਾਸ ਕੀਤਾ ਗਿਆ ਪੰਜਾਬ ਸਰਕਾਰ ਨੇ ਸੂਬੇ ਦੇ ਇੱਕ ਸਰਕਾਰੀ ਅਤੇ ਪ੍ਰਾਈਵੇਟ ਮੈਡੀਕਲ ਕਾਲਜਾਂ ਵਿੱਚ ਐਮਬੀਬੀਐਸ ਕੋਰਸਾਂ ਦੀਆਂ ਫੀਸਾਂ ਵਧਾਉਣ ਦਾ ਵੀ ਫੈਸਲਾ ਕੀਤਾ ਹੈ ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਨੇ ਚੰਡੀਗੜ੍ਹ ਵਿੱਚ ਦੱਸਿਆ ਕਿ ਸਰਕਾਰੀ ਮੈਡੀਕਲ ਕਾਲਜਾਂ ਲਈ ਫੀਸਾਂ 2015 ਤੋਂ ਨਹੀਂ ਵਧਾਈਆਂ ਗਈਆਂ ਸਨ ਇਸੇ ਤਰ੍ਹਾਂ ਹੀ ਪ੍ਰਾਈਵੇਟ ਮੈਡੀਕਲ ਕਾਲਜਾਂ ਵਿੱਚ 2014 ਤੋਂ ਫੀਸਾਂ ਵਿੱਚ ਵਾਧਾ ਨਹੀਂ ਕੀਤਾ ਗਿਆ ਸੀ ਜਦਕਿ ਇਹਨਾਂ ਕਾਲਜਾਂ ਦੇ ਹੋਰ ਬਹੁਤ ਸਾਰੇ ਖਰਚੇ ਵਧੇ ਨੇ ਉਨ੍ਹਾਂ ਕਿਹਾ ਕਿ ਕਾਲਜੇ ਲੰਬੇ ਸਮੇਂ ਤੋਂ ਫੀਸਾਂ ਦੀ ਮੰਗ ਕਰ ਰਹੇ ਸਨ ਇਸ ਮੰਗ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਮੰਤਰੀ ਮੰਡਲ ਨੇ ਇਹ ਫੈਸਲਾ ਲਿਆ ਹੈ ਮੰਤਰੀ ਮੰਡਲ ਨੇ ਟ੍ਰਾਂਸਪੋਰਟ ਮੈਕਮ ਦੀ ਪ੍ਰਸ਼ਾਸਕੀ ਰਿਪੋਰਟ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ ਇਸ ਤੋਂ ਇਲਾਵਾ ਪੰਜਾਬ ਖੇਤੀਬਾੜੀ ਗਰੁੱਪ A ਸੇਵਾ ਨਿਯਮਾ ਵਿੱਚ ਤਰਮੀਮ ਨੂੰ ਪ੍ਰਵਾਨ ਕੀ ਦਿੱਤੀ ਗਈ ਹੈ। ਪੰਜਾਬ ਸਰਕਾਰ ਕੋਵਿਡ-19 ਕਾਰਨ ਪੰਜਾਬ ਵਿੱਚ ਚੱਲ ਰਹੇ ਲਾਕਡਾਊਨ ਨੂੰ ਹੋਰ ਵਧਾਉਣ ਬਾਰੇ ਫੈਸਲਾਤੀ ਮਈ ਨੂੰ ਐਲਾਨੇਗੀ। ਕੱਲ ਚੰਡੀਗੜ੍ਹ ਵਿੱਚ ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 3 ਮਈ ਨੂੰ ਸੂਬੇ ਦੇ ਵੱਖ-ਵੱਖ ਪਾਕਾਂ ਦੇ ਮੁਖੀਆਂ ਨਾਲ ਪੰਜਾਬ ਵਿੱਚ ਕਰੋਨਾ ਬਾਰੇ ਦੀ ਸਥਿਤੀ ਬਾਰੇ ਇੱਕ ਕਮੇਟੀਿੰਗ ਕਰਨਗੇ ਜਿਸ ਵਿੱਚ ਕੋਵਿਡ-19 ਦੀ ਮੌਜੂਦਾ ਸਥਿਤੀ ਬਾਰੇ ਸਮੀਖਿਆ ਕੀਤੀ ਜਾਵੇਗੀ। ਬੁਲਾਰੇ ਨੇ ਦੱਸਿਆ ਕਿ ਇਸ ਸਮੀਖਿਆ ਤੋਂ ਬਾਅਦ ਪੰਜਾਬ ਵਿੱਚ ਲਾਕਡਾਊਨ ਵਧਾਉਣ ਜਾਂ ਨਹੀਂ ਬਾਰੇ ਫੈਸਲਾ ਲਿਆ ਜਾਵੇਗਾ। ਕੇਂਦਰੀ ਗ੍ਰਹਿ ਮੰਤਰਾਲੇ ਨੇ ਇੱਕ ਪ੍ਰਾਈਵੇਟ ਚੈਨਲ ਵੱਲੋਂ ਦਿੱਤੀ ਉਸ ਖਬਰ ਦਾ ਖੰਡਨ ਕੀਤਾ ਜਿਸ ਵਿੱਚ ਕਿਹਾ ਗਿਆ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਐਤਵਾਰ ਨੂੰ ਪ੍ਰਸਾਰਿਤ ਕੀਤੇ ਜਾਣ ਵਾਲੇ ਪ੍ਰੋਗਰਾਮ 'ਮਨ ਦੀ ਬਾਤ' ਵਿੱਚ ਲੋਕਡਾਊਨ ਦੇ ਪੰਜਵੇਂ ਗੇੜਾ ਐਲਾਨ ਕਰ ਸਕਦੇ ਨੇ ਮੰਤਰਾਲੇ ਨੇ ਕਿਹਾ ਕਿ ਇਹ ਖਬਰ ਸਰਾਸਰ ਝੂਠ ਹੈ ਤੇ ਚੈਨਲ ਦਾ ਦਾਅਵਾ ਵੀ ਗਲਤ ਹੈ ਤੇ ਇਹ ਖਬਰ ਗ੍ਰਹਿ ਮੰਤਰਾਲੇ ਦੇ ਅੰਦਰੂਨੀ ਸੂਤਰਾਂ ਤੇ ਆਧਾਰਿਤ ਹੈ ਕੇਂਦਰੀ ਗ੍ਰਹਿ ਮੰਤਰਾਲੇ ਨੇ ਮੀਡੀਆ ਵਿੱਚ ਆਈਆਂ ਉਹਨਾਂ ਖਬਰਾਂ ਦਾ ਵੀ ਖੰਡਨ ਕੀਤਾ ਜਿਨ੍ਹਾਂ ਵਿੱਚ ਕਿਹਾ ਗਿਆ ਸੀ ਕਿ ਕੇਂਦਰ ਸਰਕਾਰ ਨੇ ਸੂਬਿਆਂ ਨੂੰ ਸਕੂਲ ਖੋਲਣ ਦੀ ਇਜਾਜ਼ਤ ਦੇ ਦਿੱਤੀ ਹੈ ਮੰਤਰਾਲੇ ਨੇ ਸਪਸ਼ਟ ਕੀਤਾ ਕਿ ਜਿਹਾ ਕੋਈ ਫੈਸਲਾ ਮੰਤਰੀ ਨੇ ਕਿਹਾ ਕਿ ਦੇਸ਼ ਭਰ ਦੀਆਂ ਵਿਦਿਅਕ ਸੰਸਥਾਵਾਂ ਨੂੰ ਖੋਲਣ ਤੇ ਅਜੇ ਵੀ ਮਨਾਹੀ ਹੈ। ਉਧਰ ਕੇਂਦਰੀ ਗ੍ਰਹਿ ਰਾਜ ਮੰਤਰੀ ਜੀ ਅਕਿਸ਼ਨ ਗੱਡੀ ਨੇ ਕਿਹਾ ਕਿ ਉਹਨਾਂ ਦੇ ਮੰਤਰੀਲੇ ਨੇ ਦੇਸ਼ ਵਿੱਚ ਕਿਸੇ ਵੀ ਵਿਦਿਅਕ ਸੰਸਥਾ ਨੂੰ ਖੋਲਣ ਦੀ ਇਜਾਜ਼ਤ ਨਹੀਂ ਦਿੱਤੀ। ਮੰਤਰੀ ਨੇ ਟਵੀਟ ਵਿੱਚ ਕਿਹਾ ਕਿ ਇਸ ਬਾਰੇ ਕਿਸੇ ਵੀ ਝੂਠੀ ਤੇ ਗੈਰ ਪ੍ਰੋਸਜੋ ਖਬਰ ਤੇ ਵਿਸ਼ਵਾਸ ਨਾ ਕੀਤਾ ਜਾਵੇ। ਦੇਸ਼ ਵਿੱਚ ਕੋਰੋਨਾ ਵਾਇਰਸ ਦੀ ਪੁਸ਼ਟੀ ਵਾਲੇ ਮਾਮਲੇ ਵਿੱਚ ਤੇਜ਼ ਵਾਧਾ ਲਗਾਤਾਰ ਜਾਰੀ ਹੈ। ਦੇਸ਼ ਭਰ ਵਿੱਚ ਕੋਵਿਡ-19 ਦੇ ਪੋਜ਼ਿਟਿਵ ਵਾਲੇ ਮਰੀਜ਼ਾਂ ਦੀ ਗਿਣਤੀ 151760 ਹੋ ਗਈ ਹੈ। ਭਾਰ ਸਰਕਾਰ ਦੇ ਸਿਹਤ ਮੰਤਰਾਲਾ ਅਨੁਸਾਰ ਪਿਛਲੇ 24 ਘੰਟੇ ਦੌਰਾਨ ਕਰੋਨਾ ਵਾਇਰਸ ਦੇ 6387 ਨਵੇਂ ਮਾਮਲੇ ਸਾਹਮਣੇ ਆਏ ਅਤੇ ਇਸ ਮਹਾਂਮਾਰੀ ਕਾਰਨ 170 ਵਿਅਕਤੀ ਦੀ ਮੌਤ ਹੋਈ। ਹੁਣ ਤੱਕ 64426 ਮਰੀਜ਼ ਸਿਹਤਯਾਬ ਹੋਏ ਨੇ ਅਤੇ ਇਸ ਮਹਾਂਮਾਰੀ ਨਾਲ ਮਰਨ ਵਾਲੇ ਦੀ ਗਿਣਤੀ 4337 ਹੋ ਗਈ ਹੈ। ਭਾਵੇਂ ਕਰੋਨਾ ਵਾਇਰਸ ਦੀ ਪੁਸ਼ਟੀ ਵਾਲੇ ਮਰੀਜ਼ਾਂ ਦੀ ਗਿਣਤੀ ਵਿੱਚ ਲਗਾਤਾਰ ਤੇਜ਼ ਵਾਧਾ ਦੇਖਣ ਨੂੰ ਮਿਲ ਰਿਹਾ ਹੈ ਪਰ ਠੀਕ ਹੋਣ ਦੀ ਦਰ ਵਿੱਚ ਵੀ ਸੁਧਾਰ ਹੋ ਰਿਹਾ ਹੈ। इस वेल कोरोना वायरस तो ठीक होने की दर बताली चार पांच फीसद हो गई है महाराष्ट्र सूबा कोरोना वायरस न सब तो व् प्रभावित है जिते हूँ तक कोरोना वायरस के चौंजा हज़ार सत्त सौ अठवंजा मामले सामने आए और हूं तक सतारह सौ बानवे व्यक्तियों की मौत हुई गुजरात में कुल मामले चौदह हज़ार अठ सौ उन्ती ने जबकि नौ सौ पंद्रह व्यक्तियों की कोरोना वायरस कारण मौत हो चुकी है इस तो अलावा तमिलनाडु दिल्ली राजस्थान मध्य प्रदेश और उत्तर प्रदेश भी कोरोना वायरस न काफ़ी ज़्यादा प्रभावित ने ਇਧਰ ਪੰਜਾਬ ਵਿੱਚ ਹੁਣ ਤੱਕ ਕੋਵਿਡ-19 ਦੀ ਪੁਸ਼ਟੀ ਵਾਲੇ 2139 ਮਾਮਲੇ ਸਾਹਮਣੇ ਆਏ ਪਰ ਚੰਗੀ ਗੱਲ ਇਹ ਹੈ ਕਿ ਇਹਨਾਂ ਵਿੱਚੋਂ 1918 ਮਰੀਜ਼ ਸਿਹਤਯਾਬ ਹੋ ਕੇ ਆਪਣੇ ਘਰੀ ਪਰ ਚੁੱਕੇ ਨੇ ਪੰਜਾਬ ਵਿੱਚ ਹੁਣ ਤੱਕ ਕਰੋਨਾ ਵਾਇਰਸ ਕਾਰਨ 40 ਮੌਤਾਂ ਹੋਈਆਂ ਕੇਂਦਰੀ ਮੰਤਰੀ ਅਤੇ ਸੀਨੀਅਰ ਭਾਜਪਾ ਗੁਰੂ ਰਵੀਸ਼ੰਕਰ ਪ੍ਰਸਾਦ ਨੇ ਕਾਂਗਸੀਆ ਗੁਰੂ ਰਾਹੁਲ ਗਾਂਧੀ ਤੇ ਹਮਲਾ ਬੋਲਦਿਆਂ ਇਲਜ਼ਾਮ ਲਗਾਇਆ ਕਿ ਉਹ ਭਾਰਤ ਦੀ ਕੋਵਿਡ-19 ਮਹਾਮਾਰੀ ਵਿਰੁੱਧ ਜੰਗ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਨਵੀਂ ਦਿੱਲੀ ਵਿੱਚ ਕੱਲ ਮੀਡੀਆ ਨਾਲ ਗੱਲਬਾਤ ਦੌਰਾਨ ਰਵੀਸ਼ੰਕਰ ਪ੍ਰਸਾਦ ਨੇ ਦੋਸ਼ ਲਾਇਆ ਕਿ ਰਾਹੁਲ ਗਾਂਧੀ ਝੂਠ ਦਾ ਸਹਾਰਾ ਲੈ ਕੇ ਦੇਸ਼ ਨੂੰ ਗੁੰਮਰਾਹ ਕਰ ਰਹੇ ਨੇ। ਉਹਨਾਂ ਕਹਿ ਕੇ ਰਾਹੁਲ ਗਾਂਧੀ ਸਮਾਜ ਵਿੱਚ ਨਕਾਰਾਤਮਕਤਾ ਫਲਾ ਕੇ ਭਾਰਤ ਦੇ ਕਰੋਨਾ ਵਿਰੋਧ ਅਡੜ ਇਰਾਦੇ ਨੂੰ ਕਮਜ਼ੋਰ ਕਰ ਰਹੇ ਹਨ ਤੇ ਸੰਕਟ ਦੇ ਇਸ ਘੜੀ ਵਿੱਚ ਝੂਠੀਆਂ ਗੱਲਾਂ ਤੇ ਝੂਠੀਆਂ ਖਬਰਾਂ ਫਲਾ ਕੇ ਰਾਸ਼ਟਰ ਉਨਾ ਕਾਜਾ ਕੇ ਕਾਂਗਰਸੀ ਆਗੂ ਨੇ ਪਹਿਲਾਂ ਕਿਹਾ ਸੀ ਕਿ ਲਾਕਡਾਊਨ ਕੋਵਿਡ 19 ਦਾ ਹੱਲ ਨਹੀਂ ਹੈ ਪਰ ਇਸ ਦੇ ਉਲਟ ਕਾਂਗਰਸ ਦੇ ਸ਼ਾਸਨ ਵਾਲੇ ਪੰਜਾਬ ਅਤੇ ਰਾਜਸਥਾਨ ਸੂਬਿਆਂ ਵੱਲੋਂ ਵੀ ਲਾਕਡਾਊਨ ਥਾਪਿਆ ਗਿਆ ਅਤੇ ਮਹਾਰਾਸ਼ਟਰ ਸਰਕਾਰ ਨੇ ਵੀ 31 ਮਈ ਤੱਕ ਲਾਕਡਾਊਨ ਵਧਾਉਣ ਦਾ ਐਲਾਨ ਕੀਤਾ ਰਵੀ ਸ਼ੰਕਰ ਪ੍ਰਸਾਦ ਨੇ ਅੱਗੇ ਕਿਹਾ ਕਿ ਰਾਹੁਲ ਗਾਂਧੀ ਨੇ ਐਨਡੀਆ ਸਰਕਾਰ ਵਿਰੁੱਧ ਝੂਠੇ ਇਲਜ਼ਾਮ ਲਗਾਉਂਦਿਆਂ ਸ਼੍ਰਮਿਕ ਵਿਸ਼ੇਸ਼ ਰੇਲ ਗੱਡੀਆਂ ਵਿੱਚ ਸਫ਼ਰ ਲਈ ਪ੍ਰਵਾਸੀ ਮਜ਼ਦੂਰਾਂ ਤੋਂ ਕਿਰਾਇਆ ਵਸੂਲਣ ਦਾ ਇਲਜ਼ਾਮ ਲਗਾਇਆ باوجود ਇਸ ਦੇ ਕਿ ਸਰਕਾਰ ਨੇ ਸਪਸ਼ਟ ਕੀਤਾ ਸੀ ਕਿ ਪ੍ਰਵਾਸੀ ਮਜ਼ਦੂਰਾਂ ਤੋਂ ਰੇਲ ਗੱਡੀ ਦਾ ਪਾੜਾ ਨਹੀਂ ਲਿਆ ਜਾ ਰਿਹਾ ਸ਼੍ਰਮਿਕ ਵਿਸ਼ੇਸ਼ ਰੇਲ ਗੱਡੀ ਵਿੱਚ ਸਫ਼ਰ ਦਾ ਖਰਚਾ 85% ਕੇਂਦਰ ਸਰਕਾਰ ਅਤੇ 15% ਸਬੰਧਤ ਸੂਬਾ ਸਰਕਾਰਾਂ ਕਰ ਰਹੀਆਂ ਹਨ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਲਾਕਡਾਊਨ ਰਾਹੀਂ ਦੇਸ਼ ਨੂੰ ਇੱਕ ਕੀਤਾ ਤੇ ਇਹ ਹੀ ਕਾਰਨ ਸੀ ਕਿ ਭਾਰਤ ਵਿੱਚ ਬਾਕੀ ਵਿਕਸਿਤ ਮੁਲਕਾਂ ਦੇ ਮੁਕਾਬਲੇ ਕਰੋਨਾ ਵਾਇਰਸ ਕਾਰਨ ਬਹੁਤ ਘਾਟਮੋਟਾਂ ਹੋਈਆਂ ਰਵੀ ਸ਼ੰਕਰ ਨੇ ਕਿਹਾ ਕਿ راہਲ ਗਾਂਧੀ ਵੱਲੋਂ ਭਾਰਤੀ ਮੈਡੀਕਲ ਖੋਜ ਕਾਉਂਸਲ ICMR ਤੇ ਵੀ ਖਰੀਦੋ ਉਕਤ ਵਿੱਚ ਘાળા ਮਾਲਾ ਕਰਨ ਦਾ ਇਲਜ਼ਾਮ ਲਗਾਇਆ ਗਿਆ ਅਤੇ ICMR ਨੂੰ ਸਪਸ਼ਟ ਕਰਨ ਦੇਣਾ ਪਿਆ ਕਿ ਉਸ ਵੱਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਖਰੀਦ ਨਹੀਂ ਕੀਤੀ ਗਈ। ਲੌਕਡਾਊਨ ਕਰਕੇ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਜੋ ਹਿੰਮਤ ਦਿਖਾਈ ਹੈ जो देश को नेतृत्व दिया है जो पूरे देश को एक साथ जोड़कर काम करने की कोशिश की है उसका यह फायदा है राहुल गांधी के बारे में विस्तार से बताना चाहता हूं देश का संकल्प उन्होंने कैसे कमजोर करने की कोशिश की इसको चार खंडों में रख रहा हूं स्प्रेडिंग नेगेटिविटी, वर्किंग अगेंस्ट द नेशन ड्यूरिंग क्राइसिस तीसरा हंग्री फॉर फॉल्स क्रेडिट चौथा से वन थिंग does something else aur panchwa hai misinformation aur fake news ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਸੂਬੇ ਵਿੱਚ ਕਣਕ ਦੀ ਖਰੀਦ ਕੇਂਦਰ ਸਰਕਾਰ ਦੇ ਹੁਕਮ ਅਨੁਸਾਰ 31 ਮਈ ਤੱਕ ਜਾਰੀ ਰਹੇਗੀ ਉਨਾ ਨੇ ਸੂਬੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਜਿਨ੍ਹਾਂ ਦੀ ਕਣਕ ਕਿਸੇ ਵੀ ਕారణ ਜੇ ਮੰਡੀ ਵਿੱਚ ਆਉਣ ਤੋਂ ਰਹਿ ਗਈ ਹੈ ਉਹ ਕਿਸਾਨ 31 ਮਈ ਤੱਕ ਸ਼ਾਮ 6 ਵਜੇ ਤੋਂ ਪਹਿਲਾਂ ਆਪਣੀ ਕਣਕ ਦੀ ਫਸਲ ਮੰਡੀ ਵਿੱਚ ਲਿਆ ਸਕਦੇ ਨੇ ਉਹਨਾਂ ਕਿਹਾ ਕਿ ਕੋਵਿਡ-19 ਕਾਰਨ ਸਾਰ ਸੂਬੇ ਵਿੱਚ ਕਣਕ ਦੀ ਖਰੀਦ ਸੰਬੰਧੀ ਸਿਹਤ ਵਿਭਾਗ ਦੀਆਂ ਹਦਾਇਤਾਂ ਦੇ ਮੱਦੇਨਜ਼ਰ ਕਈ ਤਰ੍ਹਾਂ ਦੇ ਨਿਯਮ ਲਾਗੂ ਕੀਤੇ ਗਏ ਸਨ ਤਾਂ ਜੋ ਕਰੋਨਾ ਵਾਇਰਸ ਤੋਂ ਕਿਸਾਨਾਂ ਆੜਤੀਆਂ ਤੇ ਡਿਊਟੀ ਕਰ ਰਹੇ ਸਰਕਾਰੀ ਮੁਲਾਜ਼ਮਾਂ ਅਤੇ ਪੱਲੇਦਾਰਾਂ ਨੂੰ ਕਰੋਨਾ ਵਾਇਰਸ ਦੇ ਸੰਭਾਵੀ ਖਤਰੇ ਤੋਂ ਬਚਾਇਆ ਜਾ ਸਕੇ ਉਨ੍ਹਾਂ ਦੱਸਿਆ ਕਿ ਹੁਣ ਤੱਕ ਚੂਬੇ ਵਿੱਚ ਕੁੱਲ 89.96 ਫੀਸਰ ਕਣਕੀ ਦੀ ਜਾ ਚੁੱਕੀ ਹੈ ਤੇ ਇਸ ਸੰਬੰਧੀ ਕਿਸਾਨਾਂ ਨੂੰ ਅਦਾਇਗੀ ਵੀ ਕੀਤੀ ਜਾ ਚੁੱਕੀ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਕਰ ਨੇ ਪਾਰਟੀ ਆਗੂਆਂ ਤੇ ਵਰਕਰਾਂ ਨੂੰ ਗਰੀਬ ਪਰਿਵਾਰਾਂ ਦੇ ਖਾਤਿਆਂ ਵਿੱਚ ਕੇਂਦਰ ਵੱਲੋਂ 10-10000 ਰੁਪਏ ਦੀ ਰਕਮ ਭੇਜਣ ਲਈ ਅੱਜ ਤੋਂ ਸ਼ੁਰੂ ਕੀਤੀ ਜਾਣ ਵਾਲੀ ਆਨਲਾਈਨ ਮੁਹਿੰਮ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ। ਕਾਂਗਰਸ ਪਾਰਟੀ ਦੇ ਮੈਂਬਰਾਂ ਤੋਂ ਇਲਾਵਾ ਸੁਨੀਲ ਜਾਖੜ ਨੇ ਲੋਕਾਂ ਨੂੰ ਵੀ ਇਸ ਮੈਂਬਰ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ ਤਾਂ ਜੋ ਕੇਂਦਰ ਦੀ ਮੋਦੀ ਸਰਕਾਰ ਨੂੰ ਗਰੀਬ ਲੋਕਾਂ ਦੀ ਤਰਸਯੋਗ ਹਾਲਤ ਬਾਰੇ ਯਾਦ ਕਰਵਾਇਆ ਜਾ ਸਕੇ ਕਾਂਗਰਸ ਪਾਰਟੀ ਅੱਜ ਤੋਂ ਸਪੀਕ ਅਪ ਮਹਿੰਮ ਸ਼ੁਰੂ ਕਰਨ ਜਾ ਰਹੀ ਹੈ ਤਾਂ ਜੋ ਗਰੀਬਾਂ ਪਰਵਾਸੀਆਂ ਛੋਟੇ ਕਾਰੋਬਾਰੀਆਂ ਤੇ ਮੱਧ ਵਰਗੀ ਲੋਕਾਂ ਦੀ ਆਵਾਜ਼ ਉਠਾਈ ਜਾ ਸਕੇ ਕਾਂਗਰਸ ਪਾਰਟੀ ਦੇ ਕੌਮੀ ਬੁਲਾਰਿਆਂ ਜਮਾ ਕਰਨ ਨੇ ਕਿਹਾ ਕਿ ਅੱਜ ਸਵੇਰੇ 11 ਵਜੇ ਤੋਂ ਦੁਪਹਿਰ 2 ਵਜੇ ਤੱਕ ਪਾਰਟੀ ਦੇ ਲੀਡਰ ਕਾਰਜਕਰਤਾ ਤੇ ਹੋਰ ਹਮਦਰਦ ਇਸ ਆਨਲਾਈਨ ਮੁਹਿੰਮ ਨੂੰ ਚਲਾਉਣਗੇ ਉਹਨਾਂ ਨੇ ਕਿਹਾ ਕਿ ਲੋਕਾਂ ਨੂੰ ਫੇਸਬੁੱਕ ਵਟਸਐਪ ਟਵਿੱਟਰ ਤੇ ਇੰਸਟਾਗ੍ਰam ਵਰਗੇ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਆਪਣੀ ਆਵਾਜ਼ ਉਚਕਣੀ ਚਾਹੀਦੀ ਏ ਤਾਂ ਜੋ 2 ਮਹੀਨਿਆਂ ਤੋਂ ਵਿਵਾਦ ਦੇਸ਼ ਵਿਆਪੀ ਲਾਕਡਾਊਨ ਕਾਰਨ ਆਪਣੀਆਂ ਨੌਕਰੀਆਂ ਤੋਂ ਹੱਥੋਂ ਬੈਠੇ ਗਰੀਬ ਅਤੇ ਮਜ਼ਲੂਮ ਲੋਕਾਂ ਲਈ ਕੇਂਦਰ ਸਰਕਾਰ ਵੱਲੋਂ ਨਗਦੀ ਵਿੱਚ ਸਹਾਇਤਾ ਮਿਲ ਸਕੇ 코로나 바이러스 ਨੂੰ ਫੈਲਣ ਤੋਂ ਰੋਕਣ ਲਈ ਲੱਗੇ ਦੇਸ਼ ਵਿਆਪੀ ਲਾਕਡਾਊਨ ਕਾਰਨ ਭਾਰਤ ਵਿੱਚ ਫਸੇ 175 ਪਾਕਿਸਤਾਨੀ ਨਾਗਰਿਕਾਂ ਨੂੰ ਕੱਲ ਕੱਲ ਟਾਰੀਵਾਗਰਸਰਾਧਾਹੀਂ ਉਹਨਾਂ ਦੇ ਵਤਨ ਵਾਪਸ ਭੇਜ ਦਿੱਤਾ ਗਿਆ ਹਾਲਾਂਕਿ 179 ਪਾਕਿਸਤਾਨੀ ਨਾਗਰਿਕਾਂ ਨੂੰ ਵਾਪਸ ਭੇਜਿਆ ਜਾਣਾ ਸੀ ਪਰ ਮੁੰਬਈ ਅਤੇ ਜੈਪੁਰ ਦੀਆਂ ਏਅਰਲੂ ਉਡਾਣਾਂ ਰੱਦ ਹੋਣ ਕਾਰਨ 10 ਪਾਕਿਸਤਾਨੀ ਟਾਰੀ ਨਹੀਂ ਪਹੁੰਚ ਸਕੇ ਕੱਲ ਦੁਪਹਿਰ ਤੱਕ 129 ਪਾਕਿਸਤਾਨੀ ਨਾਗਰਿਕਾਂ ਨੂੰ ਟਾਰੀਵਾਗਰਸਰਾਧ ਤੇ ਰੇਂਜਰਾਂ ਦੇ ਹਵਾਲੇ ਕੀਤਾ ਗਿਆ ਉਸ ਤੋਂ ਬਾਅਦ ਬਾਕੀ ਰਹਿੰਦੇ 46 ਪਾਕਿਸਤਾਨੀਆਂ ਨੂੰ ਵੀ ਉਹਨਾਂ ਦੇ ਵਤਨ ਭੇਜਿਆ ਗਿਆ ਇਹ 46 ਪਾਕਿਸਤਾਨੀ 28 ਰਾਤ ਦੇ ਬਸਾਂ ਰਾਹੀਂ ਦੇਰੀ ਨਾਲ ਪਹੁੰਚੇ ਸਨ ਉਹਨਾਂ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਉਹ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਜਾਂ ਇਲਾਜ ਲਈ ਆਏ ਸਨ ਤੇ ਲਾਕਡਾਊਨ ਕਾਰਨ ਦਿੱਲੀ ਹਰਿਆਣਾ ਉੱਤਰ ਪ੍ਰਦੇਸ਼ ਮਹਾਰਾਸ਼ਟਰ ਉੱਤਰਾਖੰਡ ਮੱਧ ਪ੍ਰਦੇਸ਼ ਅਤੇ ਪੰਜਾਬ ਵਿੱਚ ਫਸ ਗਏ ਉਹਨਾਂ ਨੂੰ ਵਤਨ ਵਾਪਸ ਭੇਜਣ ਲਈ ਪਾਕਿਸਤਾਨੀ ਹਾਈ ਕਮਿਸ਼ਨ ਵੱਲੋਂ ਭਾਰਤ ਸਰਕਾਰ ਨਾਲ ਸੰਪਰਕ ਕੀਤਾ ਗਿਆ ਤੇ ਦੋਵਾਂ ਸਰਕਾਰਾਂ ਦੇ ਸਹਿਯੋਗ ਸਦਕਾ ਵਤਨ ਵਾਪਸੀ ਸੰਭਵ ਹੋਈ ਪਰ ਸਾਰੇ ਭਾਰਤੀ ਨਾਲ ਗੱਲਬਾਤ ਕਰਦੇ ਆ ਇਨਾ ਪਾਕਿਸਤਾਨੀ ਨਾਗਰਿਕਾਂ ਨੇ ਕਿਹਾ ਕਿ ਭਾਰਤ ਵਿੱਚ ਰਹਿੰਦਿਆਂ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਿਆ ਵੀਜ਼ੇ ਦੀ ਮਿਆਦ ਪੂਰੀ ਹੋਣ ਤੇ ਭਾਰਤ ਸਰਕਾਰ ਵੱਲੋਂ ਵੀਜ਼ਾ ਮੁੜਾ ਦਿੱਤਾ ਗਿਆ ਤੇ ਦੋਵੇਂ ਸਰਕਾਰਾਂ ਦੇ ਸਹਿਯੋਗ ਸਦਕਾ ਉਹ ਖੁਸ਼ੀ-ਖੁਸ਼ੀ ਆਪਣੇ ਘਰਾਂ ਨੂੰ ਜਾ ਰਹੇ ਨੇ ਇਨਾ ਪਾਕਿਸਤਾਨੀਆਂ ਨੇ ਸਮੁੱਚੀ ਮਾਨਵਤਾ ਨੂੰ ਕੋਰੋਨਾ ਵਾਇਰਸ ਤੋਂ ਛੁਟਕਾਰੇ ਲਈ ਅੱਲਾਹ ਕੀ ਪ੍ਰਾਰਥਨਾ ਕੀਤੀ ਦਾ ਇੰਡੀਆ ਮੇਰਾ ਸਸਵਾਲ ਹੈ ਜੋ ਰਾਇਬਰੇਲੀ ਵੀ ਹੈ ਔਰ ਕੋਸ਼ੰਬੀ ਵੀ ਹੈ यहाँ मैं उन उनकी फरवरी को मैं उन्नीस फरवरी बॉर्डर किया कि इक्कीस फरवरी को मैंने आमद करवाई थी कोशंबी में और इकतीस मार्च को हमें जाना था मेरा तीन अप्रैल तक का वीज़ा था फोटी फाइव डेज़ का वीज़ा लेकिन कोरोना वायरस की वजह से हमें अपना वीज़ा एक्सटेंड कराना पड़ा जिसमें से एल आई ओफिस और आपका पुलिस डिपार्टमेंट इंडिया का इंडिया के एल आई ओफ़िस ने बड़ा काप्रेट किया हमारे साथ कि, कि, कि किसी किस्म के एल आई ओफ़िस की तरफ से किसी किस्म की पुलिस डिपार्टमेंट की तरफ से हमें कोई दुश्वारी नहीं हुई सर इस बात की हमें बहुत खुशी है और इसीलिए बार बार मैं कह रहा हूँ अपने हाई कमिश्नर पाकिस्तान एम्बेसी और इंडिया के जितने भी हाई हाईकमान दिल्ली के अंदर बैठे हैं मैं उनका शुक्र गुज़ार हूँ अपने एल ऑफिस पुलिस डिपार्टमेंट का शुक्र गुजार हूँ हमें एक बार का बहुत शुक्र गुज़ार हूँ कि बाैरियत बाफात हमें इंडिया गवर्नमेंट भेज रही है मैं उसका बहुत शुक्र गुजार हूँ मैं भारत आया था छब्बीस फरवरी को मेरे को मुश्किल है मेरे साथ मेरे को सात मार्च को जाना था लेकिन मैं लॉकडाउन की वजह से मैं फिर घर से बाहर नहीं निकल सका भारत का जो तो कानून है उसका पालन किया मैंने घरवालों ने मुझे निकलने नहीं दिया फिर देड़ देड़ में बच्चों की मुझे बहुत आई याद आई फिर हमने जो रबा किया पाकिस्तान हाई कमीशन से उन्होंने भारत सरकार को अपील की भारत सरकार का हम शुक्रगुजार हैं कि उन्होंने हमारी दरख्वास पर गौर किया और आज हम पाकिस्तान जा रहे हैं अपने देश और अपने बच्चों से मिलेंगे ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਭਾਰਤ ਵੱਲੋਂ 250 ਪਾਕਿਸਤਾਨੀ ਨਾਗਰਿਕਾਂ ਨੂੰ ਉਹਨਾਂ ਦੇ ਵਤਨ ਭੇਜਿਆ ਗਿਆ ਸੀ ਅਤੇ ਭਵਿਕ ਵਿੱਚ ਵੀ ਵਕਫ ਵਕ ਪਨਾਵਾ ਤਹਿਤ ਭਾਰਤ ਵਿੱਚ ਫਸੇ ਹੋਰ ਪਾਕਿਸਤਾਨੀਆਂ ਨੂੰ ਵੀ ਵਤਨ ਵਾਪਸ ਭੇਜਿਆ ਜਾਵੇਗਾ ਇਸੇ ਤਰ੍ਹਾਂ ਪਾਕਿਸਤਾਨ ਵਿੱਚ ਫਸੇ 208 ਭਾਰਤੀਆਂ ਦੀ ਵਾਪਸੀ ਲਈ ਵੀ ਇਸਲਾਮਾਬਾਦ ਸਥਿਤ ਭਾਰਤੀ ਹਾਈ ਕਮਿਸ਼ਨ ਵੱਲੋਂ ਪ੍ਰਕਿਰਿਆ ਆਰੰਭ ਰਹੀ ਤੀ ਗਈ ਹੈ ਤੇ ਆਉਣ ਦੇ 3-4 ਦਿਨਾਂ ਵਿੱਚ ਇਹਨਾਂ ਦੇ ਭਾਰਤ ਵਾਪਸ ਪਰਤਣ ਦੀ ਪ੍ਰਕਿਰਿਆ ਸ਼ੁਰੂ ਹੋਣ ਦੀ ਸੰਭਾਵਨਾ ਹੈ ਤੇ ਇਸਨਾਲੀ ਖਬਰਾਂ ਦੇ ਬਲਟਨ ਖਤਮ ਹੁੰਦਾ ਹੈ ਆਗਿਆ ਦਿਓ ਧੰਨਵਾਦ